ਸਤਿ ਸ਼੍ਰੀ ਅਕਾਲ, ਮੈਂ ਹਾਰਤੀ ਸਮਝਾ ਨਿਊਜ਼ ਦੇ ਦਰਸ਼ਕਾਂ ਦਾ ਸਵਾਗਤ ਹੈ ਇੱਕ ਵਾਰ ਫਿਰ ਹਾਜ਼ਰ ਹਾਂ ਤੁਹਾਡੇ ਸਾਹਮਣੇ ਦੇਸ਼ ਵਿਦੇਸ਼ ਦੀਆਂ ਸੁਰਖੀਆਂ ਨੂੰ ਲੈ ਕੇ ਤੇ ਪਾਉਣੇ ਆ ਨਜ਼ਰ ਇਸ ਵੇਲੇ ਦੀਆਂ ਟੌਪ 20 ਹੈਡਲਾਈਨ ਦੀਆਂ। ਪਰਾਲੀ ਸਾੜਨ ਵਾਲੇ ਕਿਸਾਨ ਅੱਗੇ ਝੁਕੀ ਪੰਜਾਬ ਸਰਕਾਰ, ਬੈਠਕ 'ਚ ਮੰਨੀਆਂ ਸਾਰੀਆਂ ਮੰਗਾਂ। ਪਰਾਲੀ ਸਾੜਨ ਦੇ ਦਰਜ ਮਾਮਲੇ ਤੇ ਰੈੱਡ ਐਂਟਰੀਆਂ ਰੱਦ ਕਰਨ ਦੀ ਮੰਗ ਤੇ ਬਣੀ ਸਹਿਮਤੀ। DHA ਤਨਖਾਹ ਕਮਿਸ਼ਨ ਤੇ ਪੁਰਾਣੀ ਪੈਨਸ਼ਨ ਬਹਾਲੀ ਲਈ ਪੰਜਾਬ ਸਰਕਾਰ ਨੇ ਮੰਗਿਆ ਹੋਰ ਸਮਾਂ, ਬੇਸਿੱਟਾ ਰਹੀ ਮੀਟਿੰਗ। ਦਿਵਿਆਂਗਾਂ ਲਈ ਸਰਕਾਰੀ ਨੌਕਰੀ ਦਾ ਮੌਕਾ, ਮਾਨ ਸਰਕਾਰ ਵੱਲੋਂ 1200 ਅਹੁਦਿਆਂ ਤੇ ਜਲਦ ਹੋਵੇਗੀ ਭਰਤੀ। ਐਕਸ਼ਨ 'ਚ ਪੰਚਾਇਤੀ ਮੰਤਰੀ ਭੁੱਲਰ, ਮੋਹਾਲੀ ਡੇਰਾ ਬੱਸੀ ਦੇ ਪਿੰਡ ਸੁੰਦਰਾਂ ਵਿੱਚ 100 ਏਕੜ ਪੰਚਾਇਤੀ ਜ਼ਮੀਨ ਖੁਦ ਟਰੈਕਟਰ ਚਲਾ ਕੇ ਕਰਵਾਈ ਖਾਲੀ। ਪ੍ਰਿੰਸੀਪਲਾਂ ਤੋਂ ਬਾਅਦ ਵਿਦਿਆਰਥੀਆਂ ਨੂੰ ਸਿਖਲਾਈ ਦਾ ਮੌਕਾ। ਪੰਜਾਬ ਦੀਆਂ 8 ਵਿਦਿਆਰਥਣਾਂ ਜਾਣਗੀਆਂ ਜਾਪਾਨ, ਏਸ਼ੀਆ ਯੂਥ ਐਕਸਚੇਂਜ ਪ੍ਰੋਗਰਾਮ ਇਨ ਸਾਇੰਸ ਵਿੱਚ ਲੈਣਗੀਆਂ ਹਿੱਸਾ। ਪਟਿਆਲਾ ਦੀ ਕੇਂਦਰੀ ਜੇਲ੍ਹ ਵਿੱਚ ਬੰਦ ਭਾਈ ਬਲਵੰਤ ਸਿੰਘ ਰਾਜੋਆਣਾ ਦੀ ਭੁੱਖ ਹੜਤਾਲ ਤੇ ਹੰਗਾਮੀ ਮੀਟਿੰਗ, ਸ਼੍ਰੋਮਣੀ ਕਮੇਟੀ ਨੇ ਸੱਦੇ 5 ਤਖਤਾਂ ਦੇ ਸਿੰਘ ਸਾਹਿਬਾਨ। RSS ਮੁਖੀ ਮੋਹਨ ਭਾਗਵਤ ਪਹੁੰਚੇ ਜਲੰਧਰ, ਕਈ ਸੂਬਿਆਂ ਦੇ ਸਵੇ ਸੇਵਕਾਂ ਨਾਲ ਹੋਵੇਗੀ ਮੀਟਿੰਗ। ਪੰਜਾਬ 'ਚ 3 ਦਿਨ ਰਹਿਣਗੇ ਮੋਹਨ ਭਾਗਵਤ। ਲੁਧਿਆਣਾ 'ਚ ਵੱਡੀ ਘਟਨਾ, ਪਿਸਤੌਲ ਦੀ ਨੋਕ ਤੇ ਲੁੱਟੇ ਮੋਬਾਈਲ ਅਤੇ ATM, ਭੈਣ ਦੇ ਵਿਆਹ ਲਈ ਰੱਖੇ 3.25 ਲੱਖ ਖਾਤੇ ਚੁੜਾਏ। ਅੰਮ੍ਰਿਤਸਰ 'ਚ ਇਸ਼ਕ ਚੰਨੀ ਮਾਂ ਦਾ ਸ਼ਰਮਨਾਕ ਕਾਰਾ, 2 ਸਾਲਾਂ ਮਾਸੂਮ ਸਣੇ ਪਰਿਵਾਰ ਨੂੰ ਖੁਆਈਆਂ ਨਸ਼ੀਲੀਆਂ ਗੋਲੀਆਂ, ਬੱਚੀ ਦੀ ਹੋਈ ਮੌਤ। ਸੰਗਰੂਰ 'ਚ 2.25 ਕਰੋੜ ਦੇ ਸੋਨੇ ਦੀ ਲੁੱਟ 'ਚ ਸ਼ਾਮਿਲ ਨਿਕਲਿਆ ਕਾਂਸਟੇਬਲ, 4 ਦੋਸ਼ੀ ਅਜੇ ਪੁਲਿਸ ਦੀ ਪਕੜ ਤੋਂ ਬਾਹਰ। ਤੂਫਾਨ ਕਾਰਨ ਤਮਿਲਨਾਡੂ ਨੂੰ ਹੋਇਆ ਭਾਰੀ ਨੁਕਸਾਨ, CM ਸਟਾਲਿਨ ਨੇ ਰਾਹਤ ਫੰਡ ਲਈ ਕੇਂਦਰ ਤੋਂ 5060 ਕਰੋੜ ਰੁਪਏ ਦੀ ਕੀਤੀ ਮੰਗ। ਸੁਖਦੇਵ ਸਿੰਘ ਗੋਗਾ ਮੇੜੀ ਕਤਲ ਮਾਮਲਾ, ਰਾਜਪੂਤ ਸਮਾਜ ਵੱਲੋਂ ਅੱਜ ਰਾਜਸਥਾਨ ਬੰਦ ਦਾ ਐਲਾਨ, ਕਈ ਸਕੂਲ ਵੀ ਹਨ ਬੰਦ। ਮੱਧ ਪ੍ਰਦੇਸ਼ ਦੇ ਰਾਜਗੜ੍ਹ ਜ਼ਿਲ੍ਹੇ 'ਚ ਬੋਰਵੇਲ 'ਚੋਂ ਬਾਹਰ ਕੱਢਣ ਤੋਂ ਬਾਅਦ ਜ਼ਿੰਦਗੀ ਦੀ ਜੰਗ ਹਾਰ ਗਈ 5 ਸਾਲ ਦੀ ਮਾਸੂਮ, ਇਲਾਜ ਦੌਰਾਨ ਹੋਈ ਮੌਤ। ਟੌਪ 20 ਅਮੀਰਾਂ ਦੀ ਸੂਚੀ 'ਚ ਸ਼ਾਮਿਲ ਹੋਏ ਗੌਤਮ ਅਡਾਨੀ, ਬਣੇ ਦੁਨੀਆਂ ਦੇ 16ਵੇਂ ਸਭ ਤੋਂ ਅਮੀਰ ਵਿਅਕਤੀ। ਜੈਵੰਤ ਰੈੱਡੀ ਹੋਣਗੇ ਤੇਲੰਗਾਨਾ ਦੇ ਅਗਲੇ ਮੁੱਖ ਮੰਤਰੀ, ਰਾਹੁਲ ਗਾਂਧੀ ਨੇ ਕੀਤਾ ਨਾਂ ਦਾ ਐਲਾਨ। ਮੋਦੀ ਸਰਕਾਰ ਦੀ ਵੱਡੀ ਕਾਰਵਾਈ, 100 ਤੋਂ ਵੱਧ ਚੀਨੀ ਨਿਵੇਸ਼ ਘੁਟਾਲਿਆਂ ਦੀਆਂ ਵੈਬਸਾਈਟਾਂ ਤੇ ਭਾਰਤ 'ਚ ਲਗਾਈ ਪਾਬੰਦੀ। ਫਿਲੀਪੀਨਸ 'ਚ ਹਾਦਸੇ ਦਾ ਸ਼ਿਕਾਰ ਹੋਈ ਯਾਤਰੀਆਂ ਨਾਲ ਭਰੀ ਬੱਸ, 16 ਲੋਕਾਂ ਦੀ ਹੋਈ ਮੌਤ, 8 ਲੋਕਾਂ ਦੀ ਹਾਲਤ ਗੰਭੀਰ। ਪਾਕਿਸਤਾਨ ਦੇ ਖੈਬਰ ਪਖਤੂਨਵਾ ਸੂਬੇ 'ਚ IED ਧਮਾਕਾ, 3 ਬੱਚੇ ਹੋਏ ਹਮਲੇ ਦਾ ਸ਼ਿਕਾਰ, ਹਸਪਤਾਲ 'ਚ ਕਰਵਾਇਆ ਪਰ। 19 ਦਸੰਬਰ ਨੂੰ ਦੁਬਈ 'ਚ ਹੋਵੇਗੀ IPL 2024 ਦੀ ਨਿਲਾਮੀ, 1166 ਖਿਡਾਰੀਆਂ ਨੇ ਕਰਵਾਈ ਰਜਿਸਟ੍ਰੇਸ਼ਨ। ਪਾਕਿਸਤਾਨ ਨੂੰ ਚੀਨ ਦਾ ਵੱਡਾ ਝਟਕਾ, ਤਾਲਿਬਾਨ ਸਰਕਾਰ ਨੂੰ ਮਾਨਤਾ ਦੇਣ ਵਾਲਾ ਪਹਿਲਾ ਦੇਸ਼ ਬਣਿਆ ਚੀਨ। ਇਸ ਨੂੰ ਹੁਣ ਤੱਕਦਿਆਂ ਮੁੱਖ ਖਬਰਾਂ, ਕੱਲ ਫਿਰ ਹਾਜ਼ਰ ਹੋਵਾਂਗੇ ਹੋਰ ਵੀ ਨਵੀਆਂ ਤੇ ਤਾਜ਼ੀਆਂ ਅਪਡੇਟ ਦੇ ਨਾਲ। ਤੁਸੀਂ ਵੇਖਦੇ ਰਹੋ SMZ ਨਿਊਜ਼।